ਹਾਂਜੀ ਮਿੱਤਰੋ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਕੇਐਸ ਸਟੱਡੀ ਪੁਆਇੰਟ ਤੇ ਲੈ ਕੇ ਹਾਜ਼ਰ ਹੋਏ ਆ ਪੰਜਾਬੀ ਦਾ ਫੁੱਲ ਸੋਲਵਡ ਸੈਂਪਲ ਪੇਪਰ 8ਵੀਂ ਕਲਾਸ ਦਾ ਜੋ ਕਿ ਤੁਹਾਡਾ ਹੋਣ ਵਾਲਾ ਹੈ 28 ਫਰਵਰੀ ਨੂੰ ਹਾਂਜੀ ਮਿੱਤਰੋ ਵੀਡੀਓ ਨੂੰ ਲਾਸਟ ਤੱਕ ਜਰੂਰ ਬਨੇ ਰਹਿਣਾ ਤਾਂ ਕਿ ਤੁਹਾਨੂੰ ਪੇਪਰਾਂ ਵਿੱਚੋਂ ਜਿਹੜੇ ਕਿ 90 ਬਟਨ 90 ਆ ਸਕਦੇ ਹਨ ਬੈਰੀ ਬੈਰੀ ਇੰਪੋਰਟੈਂਟ ਕਵਸਚਨ ਹੋਣ ਵਾਲੇ ਨੇ ਜਿੱਦੇ ਵਿੱਚ ਵੀਡੀਓ ਵਿੱਚ ਤੁਹਾਨੂੰ ਕਰਾਵਾਂਗੇ ਹਾਂਜੀ ਭਾਗ ਊੜਾ ਆ ਜਾਂਦਾ ਜਿਵੇਂ ਕਿ ਇੱਥੇ ਆ ਜੂ ਪੈਰਾ ਆ ਜੂ ਤੁਹਾਨੂੰ ਇੱਕ ਉਹਦੇ ਵਿੱਚ ਪ੍ਰਸ਼ਨ ਨਾ ਪੜ੍ਹ ਕੇ ਲਿਖ ਲੈਣਾ ਨਾ ਕੋ ਕੋ ਚਾਰ ਆਪਸ਼ਨਾਂ ਵਾਲੇ ਹੋਣਗੇ ਤੁਸੀਂ ਆਪ ਕਰ ਲੈਣਾ ਹਾਂਜੀ ਬੈਰੀ ਬੈਰੀ ਇੰਪੋਰਟੈਂਟ ਤੁਹਾਨੂੰ ਕਰਾ ਦਿੰਨੇ ਆ ਜੋ ਕਿ ਇਹ ਵੀ ਇੱਕ ਤਰ੍ਹਾਂ ਦਾ ਪੈਰੇ ਹੋ ਜੂਗਾ ਤੁਹਾਡਾ ਜਿਵੇਂ ਕਿ ਇਹਦੇ ਵਿੱਚ ਪੜ੍ਹ ਕੇ ਲਿਖਣਾ ਹੋਵੇਗਾ ਅਤੇ 25 ਮਾਰਚ ਤੁਹਾਨੂੰ ਪੈਰੇ ਪੈਰੇ ਦੇ ਮਿਲ ਜਾਣਗੇ ਅਤੇ ਇੱਕ ਹੋਰ ਪੈਰਾ ਹੋਊਗਾ ਚੌਥੇ ਨੂੰ ਚਾਰ ਨੰਬਰ ਦੇ ਹਾਂਜੀ ਅੱਗੇ ਇੱਕ ਹੋਰ ਪੈਰਾ ਆ ਜਾਂਦਾ ਹੈ ਇਸ ਨੂੰ ਜ਼ਰੂਰ ਪੜ੍ਹ ਲੈਣਾ ਜਿਹੜੇ ਵੀਡੀਓ ਨੂੰ ਪੋਜ਼ ਕਰਕੇ ਵੀ ਪੜ੍ਹ ਲੈਣਾ ਹਾਂਜੀ ਅੱਗੇ ਤੁਹਾਨੂੰ ਕਰਾ ਦਿੰਨੇ ਆ ਅਗਲੇ ਬੈਂਡ ਬੈਂਡ ਕੁਐਸਚਨ ਜੋ ਕਿ ਅੱਗੇ ਇੱਕ ਹੋਰ ਪੈਰਾ ਆ ਜਾਂਦਾ ਛੇਵਾਂ ਪ੍ਰਸ਼ਨ ਨੰਬਰ 6 ਦੇ ਵਿੱਚ ਪੈਰੇਨ ਪੜ੍ਹ ਕੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਹਾਂਜੀ ਹੇਲ ਦਿੱਤੀਆਂ ਦਿੱਤੀਆਂ ਦੇ ਲਿੰਕ ਬਦਲੋ ਲਿੰਕ ਬਦਲਨੇ ਨੇ ਹਾਂਜੀ ਤੇ ਵਿੱਚ ਜੋ ਕਿ ਇਹਨਾਂ ਵਿੱਚ ਆਇਆ ਹੋਊਗਾ ਉੱਪਰਲੇ ਪੈਰੇ ਵਿੱਚ ਦਿੱਤਾ ਹੋਇਆ ਉਹਨਾਂ ਵਿੱਚ ਇਹ ਆਏ ਸੀਗੇ ਗਵੰਡੀ ਜਵਾਨ ਗਵੰਡੀ ਦਾ ਕੀ ਆਜਿਓ ਗਵੰਡਨਾ ਅਤੇ ਜਵਾਨ ਦਾ ਕੀ ਆਜਿਓ ਮੁਟਿਆਰ ਪੈਰੇ ਵਿੱਚ ਆਏ ਦੋ ਸੰਬੰਧਵਾਚਕ ਪੜਨਾਵ ਲਿਖੋ ਪੜਨਾਵ ਲਿਖਣੇ ਨਹੀਂ ਜੀ ਹਜੀ ਅਤੇ ਤੁਸੀਂ ਉੱਤਰ ਆ ਜੂਆਂ ਨੇ ਦਾ ਹਾਂਜੀ ਅੱਗੇ ਤੀਜਾ ਕੁਐਸਚਨ ਪੈਰੇ ਵਿੱਚ ਆਜੋ ਕੋਈ ਖਾਸ ਨਾਮ ਲਿਖੋ ਖਾਸ ਨਾਮ ਲਿਖਣੇ ਨੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਅਤੇ ਸਰਦਾਰ ਖਾਮ ਸਿੰਘ ਜੀ ਅੱਗੇ ਚੌਥਾ ਆਜੂਗਾ ਫੌਜਾਂ ਵਿੱਚ ਕਿਸ ਦਾ ਨਸਾ ਸੀ ਫੌਜਾਂ ਵਿੱਚ ਕਿਸ ਦਾ ਨਸਾ ਸੀ ਆਨਸਰ ਆਜੂਗਾ ਸਰਹੱਦ ਪਾਰ ਹੋਣ ਦਾ ਹਾਂਜੀ ਅੱਗੇ ਇਹ ਆਜੂਗਾ ਕੁਐਸਚਨ ਸਰਹੰਦ ਦੀ ਇਟ ਨਾਲ ਇਟ ਕਿਸ ਨੇ ਵਜਾਈ ਸੀ ਵੰਦਾ ਵਰਗੀ ਨੇ ਹਾਂਜੀ ਵੰਦਾ ਵਰਗੀ ਜਿਨੇ ਨਾ 8 ਨਾਲ 8 ਘਰਕਾਈ ਸੀ ਹਾਂਜੀ ਅੱਗੇ ਪੈਰੇ ਨੂੰ ਪੜ੍ਹ ਕੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਹਾਂਜੀ ਇੱਕ ਹੋਰ ਪੈਰਾ ਆ ਜਾਂਦਾ ਹੈ ਜਿਵੇਂ ਕਿ ਇਹ ਪ੍ਰਸ਼ਨ ਪੁੱਛੇ ਹੋਣਗੇ ਤੁਸੀਂ ਕਰ ਲੈਣਾ ਆਪ ਅੱਗੇ ਅਸੀਂ ਭਾਗ ਆੜਾ ਕਰਾ ਦਿੰਨੇ ਆ ਫੇੜ ਲਈਏ ਕਾਫੀ ਸਤਰਾਂ ਦਾ ਭਾਵ ਸਪਸ਼ਟ ਕਰੋ ਜੋ ਕਿ ਬਰੀ ਬਰੀ ਇੰਪੋਰਟੈਂਟ ਕੁਐਸਚਨ ਹੋਣ ਵਾਲੇ ਨੇ ਕੱਲ ਦੀ ਕੱਲ ਦੇ ਪੇਪਰ ਵਿੱਚ ਆ ਸਕਦੇ ਨੇ ਇਹ ਹਾਂਜੀ ਉੱਤਰਾ ਜੀ ਤੁਹਾਡਾ ਇਸ ਕਾਵੀ ਟੋਟੇ ਵਿੱਚ ਕਾਵੀ ਕਵੀ ਧਰਤੀ ਬਾਰੇ ਦੱਸਦਾ ਹੋਇਆ ਕਹਿੰਦਾ ਹੈ ਕਿ ਧਰਤੀ ਦਾ ਜਨਮ ਸੂਰਜ ਤੋਂ ਹੋਇਆ ਹੈ ਅਤੇ ਸੂਰਜ ਦੁਆਲੇ ਘੁੰਮਣਾ ਧਰਤੀ ਦਾ ਇੱਕ ਪੱਕਾ ਨਿਯਮ ਹੈ ਵੱਖ-ਵੱਖ ਰੁੱਤਾਂ ਜਿਵੇਂ ਗਰਮੀ ਮੀਂ ਵਸੰਤ ਸਿਆਲ ਵਾਰੋ-ਬਾਰੀ ਧਰਤੀ ਦਾ ਹਾਲ ਪੁੱਛਦੀਆਂ ਹਨ ਅਜਾ ਇਹਦੀ ਥਾਂ ਤੇ ਤੁਸੀਂ ਇਹ ਵੀ ਕਰ ਸਕਦੇ ਹੋ ਜੇ ਕਿਤੇ ਹਾਰਾਂ ਤੱਕ ਤੋੜਨ ਇਹ ਵਾਲੀ ਪੋਇਮਾ ਜਿਹੜੀ ਇਹਦੇ ਵਿੱਚ ਵੀ ਕਰ ਸਕਦੇ ਹਾਂ ਉੱਤਰ ਕੀ ਆਜੋ ਤੁਹਾਡਾ ਇਸ ਕਵੀ ਟੋਟੇ ਵਿੱਚ ਕਵੀ ਕਹਿੰਦਾ ਹੈ ਕਿ हे ਮਨੁੱਖਾ ਜੇ ਤੇਰੇ ਮਨਾਂ ਦੇ ਆਕਾਸ਼ ਉੱਤੇ ਕਿਸੇ ਕਾਰਨ ਉਦਾਸੀ ਫੈਲ ਜਾਵੇ ਤਾਂ ਤੂੰ ਆਪਣੇ ਮਨ ਨੂੰ ਉਸ ਦੇ ਗੁਲਾਮ ਨਾ ਹੋਣ ਦੇਵੀਂ ਮਾਲਕ ਨਾ ਬਣ ਦੇਵੀਂ ਸਗੋਂ ਉਸ ਨੂੰ ਆਪਣੇ ਮਨ ਦਾ ਗੁਲਾਮ ਬਣਾ ਲੈ ਦੇਵੀਂ ਹਾਂਜੀ ਅਗੇ ਕੁਐਸਚਨ ਨੰਬਰ 9 ਹੈਟ ਲਿਕੇ ਪ੍ਰਸ਼ਨਾਂ ਵਿੱਚੋਂ ਕੋਈ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ ਹਾਂਜੀ ਪੰਜ ਪ੍ਰਸ਼ਨਾਂ ਦੇ ਉੱਤਰ ਦੇਣੇ ਆਣੇ ਸੀ ਜੋ ਕਿ ਇਸ ਤਰ੍ਹਾਂ ਹੋ ਜਾਣਗੇ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਇਸ ਨੂੰ ਪੜ੍ਹ ਵੀ ਸਕਦੇ ਹੋ ਹਾਂਜੀ ਅਸੀਂ ਜਲਦੀ ਜਲਦੀ ਕਰਾ ਦਿੰਨੇ ਆ ਜੇ ਤਾਂ ਕਿ ਜ਼ਿਆਦਾ ਲੰਬੀ ਵੀਡੀਓ ਨਾ ਬਣੇ ਇਸ ਨੂੰ ਜ਼ਰੂਰ ਯਾਦ ਕਰ ਲੈਣਾ ਹੈ ਕਾਪੀ ਤੇ ਵੀ ਟਿੱਕ ਲਗਾ ਕੇ ਤੁਸੀਂ ਯਾਦ ਕਰ ਸਕਦੇ ਹੋ ਇਸ ਨੂੰ ਕਿਉਂਕਿ ਤੁਹਾਨੂੰ ਕਰਾਇਆ ਹੋਊਗਾ ਸਲਿਪਸ ਹਾਂਜੀ ਅੱਗੇ ਇਹ ਆ ਜਾਂਦੇ ਨੇ ਕੋਈ ਪੰਜ ਸ਼ਬਦਾਂ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ ਮੁਹਾਵਰੇ ਆ ਜਾਂਦੇ ਹਨ ਹਾਂਜੀ ਅੱਗੇ ਪ੍ਰਸ਼ਨ ਨੰਬਰ 11 ਪੜਨਾਵ ਤੋਂ ਕੀ ਪਾਵਾ ਇਸ ਦਾ ਇਹ ਆਨਸਰ ਆ ਜੂਗਾ ਜਿਹੜਾ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾ ਬੋਸ ਨੂੰ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਮੈਂ ਅਸੀਂ ਤੁਸੀਂ ਉਹ ਹਾਂਜੀ ਅੱਗੇ ਪ੍ਰਸ਼ਨ ਬਰ 12 ਹੀਟ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਤੇ ਵਿਸ਼ੇ ਤੇ ਲੇਖ ਲਿਖੋ ਲੇਖ ਲਿਖਣਾ ਹੈ ਜੀ ਅਸੀਂ ਅਖੀੜਾ ਮੇਲਾ ਜਾਂ ਫਿਰ ਹਾਂਜੀ ਜਾਂ ਫਿਰ ਤੁਸੀਂ ਪ੍ਰਦੂਸ਼ਣ ਦੀ ਸਮੱਸਿਆ ਅਖਬਾਰ ਦੇ ਇਲਾਵਾ ਨਹੀਂ ਸਹਿਦ ਭਗਤ ਸਿੰਘ 15 ਅਗਸਤ ਹਾਂਜੀ ਅਖੀੜਾ ਮੇਲਾ ਕਰਨਾ ਹੋਵੇ ਤੁਸੀਂ ਇਹ ਵੀ ਕਰ ਸਕਦੇ ਹੋ ਹਾਂਜੀ ਅਸੀਂ ਇੱਕ ਵਾਰ ਦਿਖਾ ਦਿੰਨੇ ਤੁਹਾਨੂੰ ਵੀਡੀਓ ਨੂੰ ਪੋਸਟ ਕਰਕੇ ਇਸ ਨੂੰ ਪੜ ਲੈਣਾ ਹਾਂਜੀ ਜੋ ਜੋ ਕਿ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੋਣ ਵਾਲੇ ਹਨ ਹਾਂਜੀ ਕਹੇ ਆ ਜਾਂਦਾ ਹੈ ਖੇਤੀ ਟਾ ਮੇਲਾ ਤੇ ਪ੍ਰਦੂਸ਼ਣ ਸਮੱਸਿਆ ਜਾਂਦੀ ਹੈ ਇਹ ਵੀ ਕਰ ਸਕਦੇ ਤੁਸੀਂ ਆ ਭੂਮਿਕਾ ਭੂਮਿਕਾ ਅਸੀਂ ਕਰਾ ਦੇਣੀ ਹੈ ਇੱਕ ਵਾਰ ਪ੍ਰਦੂਸ਼ਣ ਤੋਂ ਪਾਵ ਹੈ ਸਾਡੇ ਪ੍ਰਕਿਰਤਿਕ ਪਾਤਵਨ ਦਾ ਦੋਸ਼ਪੂਰਨ ਹੋਣਾ ਮਨੁੱਖੀ ਸੱਭਿਆਤਾ ਤੇ ਬਨਸਪਤੀ ਦੇ ਹੋਂਦ ਨੂੰ ਪ੍ਰਦੂਸ਼ਣ ਪ੍ਰਦੂਸ਼ਣ ਨੇ ਖਤਰੇ ਵਿੱਚ ਪਾ ਦਿੱਤਾ ਹੈ ਹਵਾ ਪਾਣੀ ਮਿੱਟੀ ਭੋਜਨ ਅਤੇ ਲੋੜੀਆਂ ਉਜਾਵਾ ਆਦਿ ਸਭ ਨੂੰ ਦੂਸ਼ਤਾ ਹੁੰਦਾ ਜਾ ਰਿਹਾ ਹੈ ਪ੍ਰਦੂਸ਼ਣ ਮੁੱਖ ਰੂਪ ਵਿੱਚ ਚਾਰ ਤਰ੍ਹਾਂ ਦਾ ਹੈ ਹਵਾ ਪ੍ਰਦੂਸ਼ਣ ਪਾਣੀ ਪ੍ਰਦੂਸ਼ਣ ਮਿੱਟੀ ਪ੍ਰਦੂਸ਼ਣ ਤੇ ਸੌਰ ਪ੍ਰਦੂਸ਼ਣ ਹਵਾ ਪ੍ਰਦੂਸ਼ਣ ਇਹ ਆ ਜਾਂਦਾ ਹੈ ਪਹਿਲਾ ਪੁਆਇੰਟ ਹਵਾ ਪ੍ਰਦੂਸ਼ਣ ਹਵਾ ਵਿੱਚ ਜ਼ਹਿਰੀਲੇ ਕਣਾਂ ਦਾ ਲਗਾਤਾਰ ਵਾਧਾ ਹਵਾ ਪ੍ਰਦੂਸ਼ਣ ਕਾ ਹੁੰਦਾ ਹੈ ਕਾਰਖਾਨਿਆਂ ਤੇ ਮੋਟਰ ਗੱਡੀਆਂ ਵਿੱਚੋਂ ਨਿਕਲਦੇ ਧੂਏ ਕਾਰਨ ਜ਼ਹਿਰੀਲੀਆਂ ਗੈਸਾਂ ਸਲਫਰ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਨੇ ਹਵਾ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ ਕਰੇਲੂ ਬਾਲਣ ਲਕੋਲਾ ਤੇਲ ਕੀੜੇ ਮਾਰ ਤਵੀਆਂ ਦਾ ਛਿੜਕਾ ਦੇ ਪਰਮਾਣੂ ਤਜਰਬੇ ਅਹਕਾਰ ਨੂੰ ਹੋਈ ਗੰਦੀ ਹਵਾਂ ਨੂੰ ਮਨੁੱਖਤਾ ਕੀ ertidti ਦੇ ਉਤਲੇ ਹੋਰ ਜੀਵਾਂ ਨੇ ਬਨਸਪਤੀ ਲਈ ਖਤਰਨਾਕ ਸਾਬਿਤ ਹੋ ਰਹੀ ਹੈ ਦਰਤਾਂ ਅੰਧੀਆਂ ਨੇਵਾ ਕਟਾਈ ਅਤੇ ਪ੍ਰਕਿਰਤੀ ਦਾ ਸੰਤੁਲਨ ਨੂੰ ਡਾਵਾ ਡੋਲ ਕਰ ਦਿੱਤਾ ਹੈ ਦੂਸ਼ਿਤ ਪਾਣੀ ਪਾਣੀ ਜੋ ਸਮੁੱਚੇ ਜੀਵਨ ਦਾ ਆਧਾਰ ਹੈ ਵੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ ਕਾਰਖਾਨਿਆਂ ਸਿਵਰੇਜ ਅਤੇ ਘਰਾਂ ਦਾ ਸਾਰਾ ਗੰਦ ਨਦੀਆਂ ਨਾਲੀਆਂ ਅਤੇ ਦਰਿਆਵਾਂ ਵਿੱਚ ਸੁੱਟਨ ਛੱਟਿਆ ਜਾ ਰਿਹਾ ਹੈ ਇਸ ਗੰਦੇ ਪਾਣੀ ਵਿੱਚ ਕੋਲੇ ਰਸਾਇਣਿਕ ਪ੍ਰਦਾਰਥਾਂ ਨਾਲ ਪਾਣੀ ਦੂਸ਼ਿਤ ਹੋ ਜਾਂਦਾ ਹੈ ਇਹ ਪ੍ਰਦੂਸ਼ਿਤ ਪਾਣੀ ਨਾ ਤਾਂ ਮਨੁੱਖੀ ਵਰਤੋਂ ਦੇ ਯੋਗ ਰਿਹਾ ਹੈ ਅਤੇ ਨਾ ਹੀ ਹੋਰ ਜੀਵਾਂ ਦੇ ਮਿੱਟੀ ਪ੍ਰਦੂਸ਼ਣ ਹੋਣਾ ਹਵਾ ਦੇ ਪ੍ਰਦੂਸ਼ਣ ਤੋਂ ਇਲਾਵਾ ਵਰਤਮਾਨ ਸਮੇਂ ਵਿੱਚ ਆਪਣੀ ਮਿੱਟੀ ਵਿੱਚ ਸਮੇਂ ਵਿੱਚ ਮਿੱਟੀ ਵੀ ਪ੍ਰਦੂਸ਼ਿਤ ਹੋ ਗਈ ਹੈ ਕਾਰਖਾਨਿਆਂ ਦਾ ਜ਼ਹਿਰੀਲਾ ਰਸਾਇਣਾਂ ਮਿਲੇਆ ਕੁੜਾ ਕਰਕਟ ਅਤੇ ਘਰਾਂ ਦਾ ਕੁੜਾ ਧਰਤੀ ਉੱਤੇ ਛੱਟਣ ਨਾਲ ਮਿੱਟੀ ਪ੍ਰਦੂਸ਼ਿਤ ਹੁੰਦੀ ਹੈ ਖੇਤੀਬਾੜੀ ਵਿੱਚ ਵੀ ਵੱਤੋਂ ਵੱਧ ਪੈਦਾਵਾਰ ਦੀ ਲਾਲਸਾ ਕਰਨ ਨਾਲ ਰਸਾਇਣਿਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਮਿੱਟੀ ਨੂੰ ਜ਼ਹਿਰੀਲਾ ਬਣਾ ਰਹੀਆਂ ਹੈ ਇਸ ਲਈ ਮਿੱਟੀ ਵਿਚਲੀ ਪੈਦਾਵਾਰ ਨੂੰ ਮਨੁੱਖ ਲਈ ਖਤਰਨਾਕ ਸਿੱਧ ਹੋ ਰਹੀ ਹੈ ਖਾ ਵਿੱਚ ਸਲਫਿਊਰਿਕ ਐਸਿਡ ਅਤੇ ਨਾਈਟ੍ਰੋ ਨਾਈਟ੍ਰਿਕ ਐਸਿਡ ਦੀ ਮਾਤਰਾਵਧਨ ਨਾਲ ਤੇਜਾਬੀ ਬਾਰਿਸ਼ ਹੁੰਦੀ ਹੈ ਜੋ ਮਿੱਟੀ ਅਤੇ ਪਾਣੀ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦੀ ਹੈ ਰਕਤਾਂ ਦਾ ਨੁਕਸਾਨ ਪ੍ਰਦੂਸ਼ਣ ਕਾਰਨ ਉਜਾਉਣ ਦੀ ਗੈਸ ਦੀ ਪਰਤ ਜੋ ਧਰਤੀ ਉੱਤੇ ਜੀਵ ਜੰਤੂਆਂ ਨੂੰ ਸੂਰਜ ਦੀ ਖਤਰਨਾਕ ਪਰਾਂਵੇਗਣੀਆਂ ਕਿਰਨਾਂ ਤੋਂ ਬਚਾਉਂਦੀ ਹੈ ਵਿੱਚ ਵੀ ਛੇਕ ਹੋ ਗਏ ਹਨ ਇਹਨਾਂ ਛੇਕਾਂ ਦਾ ਵਧਣਾ ਮਨੁੱਖ ਲਈ ਘਾਤਕ ਹੈ ਦਰਕਤਾਂ ਦੀ ਲਗਾਤਾਰ ਕਟਾਈ ਕਾਰਨ ਵਾਤਾਵਰਨ 'ਚ ਲਗਾਤਾਰ ਆ ਰਹੀਆਂ ਤਬਦੀਲੀਆਂ ਕਾਰਨ ਸਰਤੀਂ ਘਟ ਰਹੀ ਹੈ ਮਤਲਬ ਗਰਮੀ ਵਧ ਰਹੀ ਹੈ ਅਗੇ ਸੋਰ ਪ੍ਰਦੂਸ਼ਣ ਦਾ ਇਸ ਤਰ੍ਹਾਂ ਜਿਹਾ ਤੁਹਾਡਾ ਜੋ ਕਿ ਜਰੂਰ ਜਿਹੜੀ ਪੜ ਲੈਣਾ ਤੁਸੀਂ ਵੀਡੀਓ ਨੂੰ ਪੋਸਟ ਕਰਕੇ ਤੁਸੀਂ ਪੜ ਸਕਦੇ ਹੋ ਇਹਨਾਂ ਨੂੰ ਹਾਂਜੀ ਸਿੱਟਾ ਕੀ ਹੋ ਜੂਗਾ ਇਸ ਤਰ੍ਹਾਂ ਹੋ ਜੂ ਤੁਹਾਡੇ ਤੇ ਮੁੱਖ ਦੇ ਆਪ ਨੂੰ ਫੀਸ ਮਾਫੀ ਲਈ ਅਰਜੀ ਲਿਖਣੀ ਹੈ ਅਰਜੀ ਕਿਸ ਤਰ੍ਹਾਂ ਜੂਗੀ ਹੇ ਆਬੀਖੇ ਪ੍ਰਿੰਸੀਪਲ ਸਾਹਿਬਾ ਤੇ ਤੁਹਾਡੇ ਸਕੂਲ ਦਾ ਨਾਮ ਹੈ ਅਗੇ ਸ੍ਰੀਮਾਨ ਜੀ ਸਨੀਮਰ ਬੈਂਟੇ ਕਿ ਮੈਂ ਆਬੀ ਜੇ ਸਕੂਲ ਵਿੱਚ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਮੈਂ ਮੇਰੇ ਪਿਤਾ ਜੀ ਦਾ ਛੋਟੇ ਜੇ ਦੁਕਾਨਦਾਰ ਹਨ ਉਹਨਾਂ ਦੀ ਆਮਦਨ ਬਹੁਤ ਥੋੜੀ ਹੈ ਮੈਂ ਦੋ ਮੇਰੇ ਦੋ ਵੱਡੇ ਭੈਣ ਭਰਾ ਵੀ ਕਾਲਜ ਵਿੱਚ ਪੜ੍ਹਦੇ ਹਨ ਪਿਤਾ ਜੀ ਸਾਡੇ ਤਿੰਨਾਂ ਭੈਣ ਭਰਾਵਾਂ ਦਾ ਪੜ੍ਹਾਈ ਦਾ ਖਰਚਾ ਪੂਰਾ ਨਹੀਂ ਕਰ ਸਕਦੇ ਇਸ ਕਰਨਾ ਉਹ ਮੇਰੀ ਪੜ੍ਹਾਈ ਬੰਦ ਕਰਨਾ ਚਾਹੁੰਦੇ ਹਨ ਮੈਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਹੈ ਮੈਂ ਹਰ ਸਾਲ ਆਪਣੀ ਜਮਾਤ ਵਿੱਚ ਪਹਿਲੇ ਨੰਬਰ ਤੇ ਆਉਂਦਾ ਹਾਂ ਕਿਰਪਾ ਕਰਕੇ ਮੇਰੀ ਫੀਸ ਮਾਫ ਕੀਤੀ ਜਾਵੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਆਪ ਜੀ ਦਾ ਅਗਿਆਕਾਰੀ ਤੁਹਾਡਾ ਨਾਮ ਨੋਰ ਨੰਬਰ ਅਤੇ ਜਮਾਤ ਮਿੱਤੀ ਇਧਰ ਲਈ ਸਾਡਾ ਜੂ ਤੁਹਡੀ ਅਤੇ ਇਹਦੀ ਥਾਂ ਤੇ ਤੁਸੀਂ ਇਹ ਵੀ ਇਹ ਵਾਲੀ ਐਪਲੀਕੇਸ਼ਨ ਵੀ ਕਰ ਸਕਦੇ ਹੋ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੂੰ ਆਪਣੇ ਮੁਹੱਲੇ ਦੀ ਸਫਾਈ ਅਤੇ ਗੰਦੇ ਪਾਣੀ ਤੇ ਨਿਕਾਸ ਪ੍ਰਬੰਧਨ ਨੂੰ ਸੁਧਾਰਨ ਲਈ ਪੱਤਰ ਲਿਖੋ ਇਹ ਵਾਲੀ ਐਪਲੀਕੇਸ਼ਨ ਹੈ ਜਿਹੜੀ ਤੁਸੀਂ ਬੱਚੋ ਇਹ ਵੀ ਕਰ ਸਕਦੇ ਹੋ ਤੇ ਇਹ ਆ ਜੂ ਤੁਹਾਡਾ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਇਸ ਐਪਲੀਕੇਸ਼ਨ ਵੀ ਜ਼ਰੂਰ ਪੜ ਲੈਣਾ ਹਾਂਜੀ ਇਹ ਪ੍ਰਸ਼ਨ ਨੰਬਰ 14 ਫੇਰ ਲਿਖੇ ਡੱਬਿਆਂ ਵਿੱਚੋਂ ਘਾਟਾ ਘਾਟਾ 8 ਸਾਰਥਕ ਸ਼ਬਦਾਂ ਚੁਣ ਕੇ ਲੱਭਣੇ ਹਨ ਅਸੀਂ ਹਾਂਜੀ ਲਿਖਣੇ ਹਨ ਉੱਤਰ ਆ ਜੋ ਤੁਹਾਡਾ ਲੜਾਈ ਅਧਿਆਪਕ ਨੂੰ ਜ਼ਰੂਰ ਹੱਸ ਮਾਰਨ ਤੁਸੀਂ ਇਹਨਾਂ ਵਿੱਚ ਲੱਭਣ ਕਾਏ ਕਰਨੇ ਹੋਣਗੇ ਤੁਹਾਨੂੰ ਦੱਸ ਦੇਣਾ ਕਿਹੜੇ-ਕਿਹੜੇ ਹੋਣਗੇ ਇਹਨਾਂ ਵਿੱਚ ਜ਼ਿਆਦਾਤਰ ਹੱਸ ਮਾਰਨ ਨੌਕਰੀ ਕਮਰਾ ਕਰਤੂਤ ਪਾਕਿਸਤਾਨੀ ਵਿਆਹ ਸਰਹੱਦ ਜਲੰਧਰ ਭਾਰਤ ਸਿਰ ਰਤਨ ਅਗੇ ਨਾਮ ਤੋਂ ਕੀ ਪਾਵ ਹੈ ਉਦਾਹਰਨ ਸਹਿਤ ਸਮਝਾਓ ਸਮਝਾਓ ਉੱਤਰ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਘਾਲਤ ਗੁਣ ਭਾਵ ਆਦਿ ਦਾ ਬੋਧ ਕਰਾਉਣ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਸਿਮਰਨ ਸੋਨਾ ਜਲੰਧਰ ਮਿੱਠਾ ਜਮਾਤ ਆਦਿ ਜਾ ਵਿਸ਼ੇਸ਼ਣ ਤੋਂ ਕੀ ਪਾਵੈ ਉਦਾਹਰਣ ਸੈ ਤੁ ਸਮਝਾਓ ਉਤਰਾ ਜੋ ਤੁਹਾਡਾ ਵਿਸ਼ੇਸ਼ਣ ਜਿਹੜੇ ਸ਼ਬਦ ਕਿਸੇ ਨਾਮ ਜਾਂ ਪ੍ਰਨਾਮ ਸ਼ਬਦ ਨਾਲ ਆ ਕੇ ਕੋਈ ਵਿਸ਼ੇਸ਼ਤਾ ਪ੍ਰਗਟ ਕਰੇ ਕਰਨ ਹਤੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਨੂੰ ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਸਾਲੀਨੀ ਬੁੱਧੀਮਾਨ ਹੈ ਗੀਤਾ ਸੋਹਣੀ ਕੁੜੀ ਹੈ ਮੁੰਡਾ ਉਦਮੀ ਹੈ ਇਸ ਤਰ੍ਹਾਂ ਇਹ ਤੁਹਾਡਾ ਸੈਂਪਲ ਪੇਪਰ ਜਿਹੜਾ ਪ੍ਰੋਵਾਈਡ ਕਰਾ ਦਿੱਤਾ ਸਾਨੂੰ ਤੁਸੀਂ ਇਹ ਏਪੀ ਦਾ ਗੁਰਗੇਸ ਉੱਪਰ ਹੋਣ ਵਾਲਾ ਤੁਸੀਂ ਮਾਰਕੀਟ ਦੇ ਵਿੱਚ ਵੀ ਅਵੇਲੇਬਲ ਹੈ ਤੁਸੀਂ ਉੱਥੇ ਜਾ ਕੇ ਵੀ ਖਰੀਦ ਸਕਦੇ ਇਹਨੂੰ ਅਤੇ ਜੇਕਰ ਤੁਹਾਨੂੰ ਹੋਰ ਵੀ ਮਟੀਰੀਅਲ ਕਰਨ ਯਾਦ ਕਰਨ ਲਈ ਚਾਹੀਦਾ ਹੈ ਤਾਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਜਰੂਰ ਜੁਆਇਨ ਕਰੋ ਜਿਸ ਕਸਮ ਬਾਕਸ ਵਿੱਚ ਜਿਹੜਾ ਲਿੰਕ ਦਿੱਤਾ ਗਿਆ ਹੈ ਤੁਸੀਂ ਉਸ ਨੂੰ ਵੀ ਜਾ ਕੇ ਇੱਕ ਵਾਰ ਚੈੱਕ ਜਰੂਰ ਕਰ ਸਕਦੇ ਹੋ ਕਿਹੜਾ ਕਿਹੜਾ ਮਟੀਰੀਅਲ ਹੈ ਤੇ ਜੁਆਇਨ ਕਰਨਾ ਨਾ ਭੁੱਲਣਾ ਸਾਡੇ ਟੈਲੀਗ੍ਰਾਮ ਚੈਨਲ ਨੂੰ ਅਤੇ ਇਸ ਚੈਨਲ ਵੀ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਕੰਟੀਨਿਊ ਲਾਈਕ ਕਰ ਦਿਓ ਅਤੇ ਹਾਂਜੀ ਨਾਲ ਲੱਗੇ ਕੰਟੀਨਿਊ ਪ੍ਰੈਸ ਕਰਕੇ ਆਲ ਤੇ ਸੈਟ ਕਰਨਾ ਨਾ ਭੁੱਲਣਾ ਮਿਲਦਿਆਂ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ ਥੈਂਕਸ